ਅਸਲਾਮ ਵਾਲੀਕੁਮ ਸਾਈਨੋ ਅਤੇ ਮਿੱਤਰੋ, ਵੈਲਕਮ ਬੈਕ ਟੂ ਅਨਦਰ ਵੀਡੀਓ। ਹਾਂਜੀ ਨਾਜ਼ਰੀਨ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਬਹਾਵਲਪੁਰ ਵਨ ਚੌਕ ਦੇ ਉੱਤੇ ਇੱਕ ਬਹੁਤ ਵੱਡਾ ਮਦਰਸਾ ਵਾ, ਜਿਨ੍ਹਾਂ ਦੇ ਓਨਰ ਆ ਸੈਫੁੱਲਾ ਸਾਹਿਬ। ਸੈਫੁੱਲਾ ਸਾਹਿਬ ਨੇ 13 ਅਗਸਤ ਦੀ ਰਾਤ ਨੂੰ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਕੀਤਾ ਸੀਗਾ, ਜੋ ਕਿ ਫਵਾਰਾ ਚੌਕ ਦੇ ਉੱਤੇ, ਬਹਾਵਲਪੁਰ ਫਵਾਰਾ ਚੌਕ ਤੋਂ ਦੇ ਚੌਕ ਦੇ ਉੱਤੇ ਉਹਨਾਂ ਨੇ ਮੁਨਕਿਦ ਕਰਵਾਇਆ ਸੀਗਾ। ਇਹਦੇ ਵਿੱਚ ਉਹਨਾਂ ਨੇ ਦੱਸਿਆ ਸੀ ਕਿ ਆਪਣਾ ਜਿਹੜਾ 14 ਅਗਸਤ ਆਪਾਂ ਜਿਹਨੂੰ ਮਨਾਉਂਦੇ ਹਾਂ ਉਹਨੂੰ ਕਿੱਦਾਂ ਮਨਾਉਣਾ ਚਾਹੀਦਾ, ਆਪਣਾ ਮੁਲਕ ਕਿੱਦਾਂ ਆਜ਼ਾਦ ਹੋਇਆ ਅਤੇ ਕਿੰਨੀਆਂ ਕੁਰਬਾਨੀਆਂ ਦੇ ਕੇ ਆਜ਼ਾਦ ਹੋਇਆ, ਅਤੇ ਆਪਾਂ ਇਹਨੂੰ ਅੱਜ ਕੱਲ੍ਹ ਦੀ ਨੌਜਵਾਨ ਕੀ ਕੁਛ ਕਰਦੀ ਆ, ਵਨ ਵੀਲਿੰਗ ਕਰਦੀ ਆ, ਡ੍ਰਿਫਟਿੰਗ ਕਰਦੀ ਆ, ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਦੂਰ ਲਿਜਾਣ ਵਾਸਤੇ ਉਹਨਾਂ ਨੇ ਇਹ ਪ੍ਰੋਗਰਾਮ ਕਰਵਾਇਆ ਸੀਗਾ। ਅਸੀਂ ਇਹ ਤਾਂ ਰਿਕਾਰਡ ਨਹੀਂ ਕਰ ਸਕੇ ਕਿਉਂਕਿ ਉਸ ਰਾਤ ਨੂੰ DHA ਬਹਾਵਲਪੁਰ ਦੇ ਵਿੱਚ ਇੰਟਰਨੈਸ਼ਨਲ ਪਲੇਅਰਸ ਆ ਰਹੇ ਸੀਗੇ, ਉਹਨਾਂ ਨੂੰ ਵੀ ਦਿਖਾਉਣਾ ਸੀਗਾ ਅਤੇ ਇਹਨਾਂ ਨੂੰ ਵੀ ਦਿਖਾਉਣਾ ਸੀਗਾ। ਅਸੀਂ ਦੋਵਾਂ ਤਰਫ ਗਏ, ਪਹਿਲੇ ਇਹਨਾਂ ਦੇ ਕੋਲ ਗਏ, ਇਹਨਾਂ ਦੇ ਕੋਲੋਂ ਇੱਕ ਛੋਟਾ ਜਿਹਾ ਬਿਆਨ ਲਿਆ ਜੋ ਕਿ ਤੁਸੀਂ ਅੱਗੇ ਸੁਣੋ, ਅਤੇ ਅਸੀਂ ਮੁੜ ਕੇ DHA ਚਲੇ ਗਏ ਜੋ ਕਿ ਇੰਟਰਨੈਸ਼ਨਲ ਪਲੇਅਰ ਹੈ। ਉਦੋਂ ਅਸੀਂ ਐਗਜੈਕਟ ਟਾਈਮ 'ਤੇ ਪਹੁੰਚ ਗਏ ਸੀ, ਜਾ ਕੇ ਤੁਹਾਨੂੰ ਇੰਟਰਨੈਸ਼ਨਲ ਪਲੇਅਰਸ ਵੀ ਦਿਖਾਏ, ਜੋ ਕਿ ਉਹਦਾ ਵਲੋਗ ਪਹਿਲੇ ਹੀ 2 ਵਲੋਗ ਉਹਦੇ ਅਪਲੋਡ ਹੋਏ ਆ, ਜੋ ਕਿ ਪਹਿਲੇ ਹੀ ਉਦੋਂ ਹੀ ਫੌਰੀ ਅਸੀਂ ਅਪਲੋਡ ਕਰ ਦਿੱਤੇ ਸੀ। ਇਹ ਲੇਟ ਹੋਣ ਦੀ ਵਜ੍ਹਾ ਇਹ ਕਿ ਇੱਕ ਦੋ ਚੀਜ਼ਾਂ ਹੋਰ ਇੰਪੋਰਟੈਂਟ ਸੀਗੀਆਂ, ਉਹ ਦਿਖਾਉਣੀਆਂ ਲਾਜ਼ਮੀ ਸੀਗੀਆਂ। ਹੁਣ ਤੁਸੀਂ ਸੁਣ ਸਕਦੇ ਹੋ ਕਿ ਸੈਫੁੱਲਾ ਸਾਹਿਬ ਨੇ ਕੀ ਕੁਛ ਕਿਹਾ ਕਿ ਨੌਜਵਾਨਾਂ ਨੂੰ ਕੀ ਕਰਨਾ ਚਾਹੀਦਾ ਅਤੇ ਕੀ ਨਹੀਂ। ਪਾਲ ਨੇ ਔਰ ਉਲਮਾ ਕਰਾਮ ਨੇ ਔਰ ਤਲਬਾ ਨੇ ਮਿਹਨਤ ਕਰਕੇ ਕੁਰਬਾਨੀਆਂ ਦੇ ਕੇ ਸਾਡੇ ਆਪਾਂ ਅਜਦਾਦ ਨੇ ਲੱਖਾਂ ਦੀਆਂ ਕੁਰਬਾਨੀਆਂ ਦਿੱਤੀਆਂ, ਲੱਖਾਂ ਲੋਕ ਸ਼ਹੀਦ ਹੋ ਗਏ ਔਰ ਇਹ ਵਤਨ ਮਿਲਿਆ, ਅਤੇ ਅੱਜ ਦੀ ਕਮੀ ਤਰੱਕੀ ਇਸਤੇਕਾਮ ਔਰ ਤਕਮੀਲ ਵਾਸਤੇ ਵੀ ਸਾਨੂੰ ਸਾਰੇ ਪਾਕਿਸਤਾਨ ਨੂੰ ਇਕੱਠਿਆਂ ਹੋ ਕੇ ਆਪਣੇ ਮੁਲਕ ਦੀ ਕਮੀ ਤਰੱਕੀ ਵਾਸਤੇ ਸਾਰਾ ਕੰਮ ਕਰੀਏ ਔਰ ਆਪਣੇ ਮੁਲਕ ਦੇ ਨਾਲ ਮੁਹੱਬਤ ਕਰੀਏ। ਜਿਹੜੇ ਵਤਨ ਦੇ ਨਾਲ ਮੁਹੱਬਤ ਨਹੀਂ ਹੈ ਉਹਨੇ ਕੀ ਕੀਤਾ। ਅੱਛਾ ਸਰ, ਸੈਫੁੱਲਾ ਸਾਹਿਬ ਸੌ ਆਪਣਾ ਬੰਦਾ ਭੇਜਿਆ ਹੋਇਆ ਸੀ, ਥਾਂ ਥਾਂ ਦਿਖਾਈ ਵੀ ਆ, ਉਹ ਵੀ ਦਿਖਾਏ ਆ। ਭਾਈ ਰਮਦਾਨ ਹੋਵੇ, 9 ਮੁਹੱਰਮ ਹੋਵੇ, 10 ਮੁਹੱਰਮ ਹੋਵੇ, ਤੁਹਾਡੇ ਜਜ਼ਬਾ ਇਹ ਜਜ਼ਬਾ ਮਾਰ ਕੇ ਕਹਿਣਾ ਦਿੰਦਾ ਜੀ, ਇਨਸਾਨੀਅਤ ਵਾਸਤੇ ਜੀਓ, ਇਨਸਾਨੀਅਤ ਦੀ ਖਿਦਮਤ ਕਰੋ ਔਰ ਇਹ ਜਿਹੜਾ ਇਸਲਾਮ ਦੇ ਨਾਂ 'ਤੇ, ਕਲਮੇ ਦੇ ਨਾਂ 'ਤੇ, ਅੱਲਾ ਰਸੂਲ ਦੇ ਨਾਂ 'ਤੇ ਮਿਲਿਆ, ਇਹਦੇ ਅੰਦਰ ਸਾਰੇ ਮੁਹੱਬਤਾਂ ਵੰਡੋ ਔਰ ਭਾਈ ਦੀ ਖਿਦਮਤ ਕਰੋ। ਇਹ ਅੱਲਾ ਦੇ ਅੱਲਾ ਦੇ ਕੱਲ੍ਹ ਵੀ ਤੁਸੀਂ ਦੇਖਿਆ ਕਿ ਗੱਡੀਆਂ ਡੁੱਬੀਆਂ ਗਈਆਂ ਸਨ, ਇਸ ਬਹਾਵਲਪੁਰ ਦੀਆਂ ਸੜਕਾਂ 'ਤੇ ਚਾਰ ਪਾਣੀ, ਕਦੇ ਵੀ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜੇ ਸਾਜ਼ਿਸ਼ਾਂ ਸ਼ਰਾਰਤਾਂ ਦਿਨ 'ਚ ਰੱਖਦੇ ਨੇ ਕਿਸ ਮੁਲਕ ਨੂੰ ਨੁਕਸਾਨ ਪਹੁੰਚਾ ਲੈਣਗੇ, ਉਹ ਅੰਦਰੂਨੀ ਹੋਣ ਜਾਂ ਬਰੂਨੀ ਹੋਣ, ਇਨਸ਼ਾਅੱਲਾ ਸ਼ਿਕਸਤਾਂ। ਦੋਸਤੋ, ਇਹ ਨੌਜਵਾਨਾਂ ਵਾਸਤੇ ਇੱਕ ਪੈਗਾਮ ਆਇਆ ਕਿ ਸ਼ਰਾਰਤਾਂ ਕਰਦੇ ਆ, ਇਹ ਸਭ ਦਾ ਸਾਹਮਣੇ ਖੜਾ ਦਾ ਮੇਲਾ ਇਸ ਜਾਗਤਾ ਦੇ ਨੌਜਵਾਨ ਹੋਣ ਆ ਕੇ ਦੇਖਣ, ਸਾਡੇ ਉਲਮਾ ਗ੍ਰਾਮ ਵੀਰ ਦੇ ਜਿਹੜੇ ਆ ਉਹ ਕੀ ਸਾਨੂੰ ਦਰਸ ਦਿੰਦੇ ਆ, ਸਾਨੂੰ ਇੱਥੇ ਪਹੁੰਚਣਾ ਚਾਹੀਦਾ ਆ। ਇਹਨਾਂ ਦੇ ਬਹੁਤ ਅੱਛੇ ਇੰਤਜ਼ਾਮਾਂ ਨੇ,
ਨੌਜਵਾਨਾਂ ਵਾਸਤੇ ਅਰਦਾਸ ਕਰ ਕਿਉਂਕਿ ਸਾਡੀ ਅੱਜ ਕੱਲ੍ਹ ਦੀ ਨੌਜਵਾਨ ਕੌਮ ਜਿਹੜੀ ਆ ਬੱਚੇ ਜਿਹੜੇ ਪੀੜੇ ਹੋਏ ਨੇ ਬਲ ਮਿਹਨਤ ਕਰਦੇ ਨੇ ਸ਼ਰਾਰਤਾਂ ਕਰਦੇ ਆ, ਸਾਨੂੰ ਇਹਨਾਂ ਨੂੰ ਇਹ ਚੀਜ਼ ਦਾ ਸਬਕ ਵੀ ਮਿਲੇਗਾ ਕਿ ਯਾਰ ਵਾਕਈ ਹੈ ਕਿ ਤੁਸੀਂ ਉਸ ਵੱਲੋਂ ਹਟ ਗਿਆ ਅਤੇ ਤੁਸੀਂ ਨਾ ਲਾਓ ਤਾਂ ਜੇ ਤੁਹਾਨੂੰ ਪਹੁੰਚੇਗਾ ਸਾਹਿਬ ਭੱਲਾ ਸਾਹਿਬ ਮਾਸ਼ਾਅੱਲਾ। ਮੈਂ ਵੀ ਹੁਣ ਤੋਂ 6 ਮਹੀਨੇ ਸਾਲ ਤੋਂ ਦਿਨ ਰਾਤ ਅਸੀਂ ਕਿਹੜੇ ਇਹਦਾ ਵੀ ਤਲਕ ਹੈ ਅਸੀਂ ਕਿਹੜਾ ਦਾ ਚੱਲ ਰਿਹਾ ਕੋਈ ਦਿਨ ਆ ਇਹਨਾਂ ਨੇ ਖਾਲੀ ਨਹੀਂ ਜਾ ਦਿੱਤਾ। أعوذ بالله من الشيطان الرجيم। ਜਿੱਦਾਂ ਕਿ ਤੁਸੀਂ ਇਹਨਾਂ ਦਾ ਪਿੱਛੇ ਇੰਟਰਵਿਊ ਸੁਣਿਆ ਕਿ ਇਹ ਕਿੰਨੀ ਜ਼ਿਆਦਾ ਮਿਹਨਤ ਕਰਦੇ ਆ ਅਤੇ ਹਰ ਜਗ੍ਹਾ ਇਹ ਮੌਜੂਦ ਹੁੰਦੇ ਆ। ਅਗਰ ਕੋਈ ਜਿਹਦਾ ਦੁਨਿਆਵੀ ਆਪਣੇ ਮਹੀਨਿਆਂ ਦੇ ਹਿਸਾਬ ਨਾਲ ਕੋਈ ਪ੍ਰੋਗਰਾਮਸ ਆਉਂਦੇ ਆ, ਜਿੱਦਾਂ 14 ਅਗਸਤ ਆਈ ਸੀ ਅਤੇ ਇਹਨਾਂ ਨੇ ਉਹਦੇ ਵਿੱਚ ਵੀ ਦੀਨ ਦਾ ਦੱਸਣ ਦੀ ਕੋਸ਼ਿਸ਼ ਕੀਤੀ ਆਵਾਮ ਨੂੰ। ਉਸ ਤੋਂ ਬਾਅਦ ਕੋਈ ਦੀਨੀ ਪ੍ਰੋਗਰਾਮਸ ਆਉਂਦੇ ਆ, ਦੀਨੀ ਦਿਨ ਆਉਂਦੇ ਆ, ਉਹਨਾਂ ਦੇ ਵਿੱਚ ਤਾਂ ਇਹਨਾਂ ਦਾ ਪਹਿਲਾ ਨੰਬਰ ਹੁੰਦਾ ਹੀ ਹੁੰਦਾ ਵਾ। ਉਸ ਤੋਂ ਬਾਅਦ ਅਗਰ ਕੋਈ ਮਸਲਾ ਮਸਾਇਲ ਹੁੰਦਾ ਵਾ ਬਹਾਵਲਪੁਰ ਦੇ ਵਿੱਚ, ਉਹਨਾਂ ਵਿੱਚ ਵੀ ਇਹ ਪਹਿਲੇ ਨੰਬਰ 'ਤੇ ਆਉਣ ਦੀ ਕੋਸ਼ਿਸ਼ ਕਰਦੀ ਆ। ਬਲਕਿ ਆਉਣ ਦੀ ਕੋਸ਼ਿਸ਼ ਕੀ ਕਰਦੇ, ਪਹਿਲੇ ਨੰਬਰ 'ਤੇ ਹੁੰਦੇ, ਇਹਨਾਂ ਦੀ ਟੀਮ ਹਰ ਜਗ੍ਹਾ ਮੌਜੂਦ ਹੁੰਦੀ ਆ। ਅਸੀਂ ਅਕਸਰ ਜਗ੍ਹਾ 'ਤੇ ਦੇਖਿਆ ਇਹਨਾਂ ਦੀ ਟੀਮ ਸੈਫੁੱਲਾ ਸਾਹਿਬ ਦੀ ਜਿਹੜੀ ਟੀਮ ਆ ਉਹ ਹਰ ਜਗ੍ਹਾ ਮੌਜੂਦ ਹੁੰਦੀ ਆ। ਅਸੀਂ ਤੁਹਾਨੂੰ ਇਹਨਾਂ ਦੇ ਅਕਸਰ ਪ੍ਰੋਗਰਾਮ ਲਾਈਵ ਵੀ ਦਿਖਾਏ ਆ। ਜਦੋਂ ਰਮਜ਼ਾਨ ਸ਼ੁਰੂ ਹੁੰਦਾ ਵਾ ਉਦੋਂ ਵੀ ਇਹਨਾਂ ਦੇ ਬਹੁਤ ਅੱਛੇ ਅੱਛੇ ਪ੍ਰੋਗਰਾਮਸ ਵੀ ਹੁੰਦੇ ਆ। ਉਸ ਤੋਂ ਬਾਅਦ ਸੈਰੀ ਇਹਨਾਂ ਦੇ ਕੋਲੋਂ ਫ੍ਰੀ ਮਿਲਦੀ ਆ, ਜਿਹੜਾ ਮਰਜ਼ੀ ਜਿੱਦਾਂ ਦਾ ਮਰਜ਼ੀ ਅਮੀਰ ਗਰੀਬ ਆ ਕੇ ਇਹਨਾਂ ਦੇ ਕੋਲੋਂ ਖਾ ਸਕਦਾ। ਉਸ ਤੋਂ ਬਾਅਦ ਵੱਡੀ ਈਦ ਆਈ ਸੀਗੀ, ਉਦੋਂ ਇਹਨਾਂ ਨੇ ਬਹੁਤ ਅੱਛਾ ਇੱਕ ਪ੍ਰੋਗਰਾਮ ਕੀਤਾ ਸੀਗਾ ਅਤੇ ਉਹਦੇ ਵਿੱਚ ਇਹਨਾਂ ਨੇ ਜਿਹੜੇ ਆ ਬੱਕਰੇ ਵਗੈਰਾ ਕਰਕੇ ਕੱਟੇ ਵਗੈਰਾ ਕਰਕੇ ਆਵਾਮ ਦੇ ਘਰਾਂ ਤੱਕ, ਜਿਹਨਾਂ ਘਰ ਜਿਹੜੇ ਕੁਰਬਾਨੀ ਅਫੋਰਡ ਨਹੀਂ ਕਰ ਸਕਦੇ ਸੀ ਉਹਨਾਂ ਦੇ ਘਰਾਂ ਤੱਕ ਘਰ ਦੇ ਵਿੱਚ ਘਰ ਜਾ ਕੇ ਖੁਦ ਦੇ ਕੇ ਆਏ ਇਹਨਾਂ ਨੂੰ ਗੋਸ਼ਤ। ਉਸ ਤੋਂ ਬਾਅਦ ਸ਼ਾਮ ਨੂੰ ਇਹਨਾਂ ਨੇ ਫਿਰ ਤਕਰੀਬ ਇੱਕ ਪ੍ਰੋਗਰਾਮ ਕੀਤਾ ਸੀਗਾ, ਉਹਦੇ ਵਿੱਚ ਆਵਾਮ ਨੂੰ ਫ੍ਰੀ ਖਾਣਾ ਮਿਲਿਆ ਸੀਗਾ। ਮਤਲਬ ਬਹੁਤ ਅੱਛੇ ਅੱਛੇ ਕੰਮ ਕਰਦੇ ਆ, ਬਹੁਤ ਅੱਛੇ ਬੰਦੇ ਆ। ਅਤੇ ਜੇ ਤੁਹਾਨੂੰ ਸਾਡੀ ਇਹ ਵੀਡੀਓ ਅੱਛੀ ਲੱਗੀ ਆ, ਸਾਡੀ ਮਿਹਨਤ ਅੱਛੀ ਲੱਗੀ ਆ, ਸਾਡੀ ਵੀਡੀਓ ਨੂੰ ਲਾਈਕ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਇਸ ਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਅੱਲਾ ਹਾਫਿਜ਼।